ਸਰ ਪੀਜੀਆਈ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਸੀਜ਼ਨ 3 ਆ ਰਿਹਾ ਹੈ? ਦੇਖੋ, ਸੀਜ਼ਨ 3 ਬਾਰੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਬੱਚਿਆਂ ਨੂੰ ਘਰੋਂ ਬਾਹਰ ਨਿਕਲਣਾ ਚਾਹੀਦਾ, ਔਰ ਇਹ ਮੋਬਾਈਲ ਦੀ ਜੋ ਗੇਮਸ ਹੈ ਇਹ ਜ਼ਿੰਦਗੀ ਦੇ ਵਿੱਚ ਇਹਨਾਂ ਨਾਲ ਕੋਈ ਬਹੁਤ ਫਾਇਦਾ ਹੋਣ ਵਾਲਾ ਨਹੀਂ ਹੈ। ਫਿਜ਼ੀਕਲ ਜਿਹੜੀ ਸਟਰੈਂਥ ਹੈ ਉਹ ਤਾਂ ਬੰਦਾ ਬਾਹਰ ਨਿਕਲੇਗਾ ਤਦੀ ਹੋਵੇਗੀ, ਹੈ ਨਾ। ਹੁਣ ਅਸੀਂ ਹਰ ਵੇਲੇ ਮੋਬਾਈਲ ਦੇ ਵਿੱਚ ਹੀ ਗੇਮਸ ਉਹੀ ਖੇਡਦੇ ਰਹਿੰਦੇ ਹਾਂ। ਇਹ ਵਿਦੇਸ਼ੀ ਜਿਹੜੀ ਦੁਨੀਆ ਹੈ, ਵਿਦੇਸ਼ਾਂ ਵਾਲੇ ਲੋਕ ਹੈ, ਉਹਨਾਂ ਨੇ ਖਾਸ ਤੌਰ 'ਤੇ ਸਾਡੇ ਬੱਚਿਆਂ ਨੂੰ ਬਿਲਕੁਲ ਕੈਦ ਕਰਕੇ ਰੱਖ ਦਿੱਤਾ ਘਰ ਦੇ ਵਿੱਚ। ਬਾਹਰ ਦੌੜਨਾ ਭੱਜਣਾ ਨਹੀਂ ਰਿਹਾ, ਗਰਾਊਂਡ ਦੇ ਵਿੱਚ ਜਾਣਾ ਬੰਦ ਹੋ ਗਿਆ, ਬਸ ਮੋਬਾਈਲ ਨਾਲ ਹੀ ਲੱਗੇ ਰਹਿੰਦੇ ਹਾਂ। ਤਾਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਬਾਹਰ ਨਿਕਲੋ ਔਰ ਖੇਡੋ, ਆਪਣੀ ਹੈਲਥ ਦਾ ਕੇਅਰ ਕਰੋ। ਔਰ ਇਹ ਜੋ 3DL ਹੈ, ਇਹ ਤਾਂ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਇੱਥੇ ਬਾਸਕਿਟਬਾਲ ਦਾ ਲੀਗ ਹੋ ਗਿਆ, ਔਰ ਪੂਰੇ ਇੰਡੀਆ ਤੋਂ ਬਾਹਰੋਂ ਵੀ ਟੀਮਸ ਆਉਣਗੀਆਂ ਅਤੇ ਬੱਚਿਆਂ ਨੂੰ ਬਹੁਤ ਕੁਛ ਸਿੱਖਣ ਦਾ ਮੌਕਾ ਮਿਲ ਸਕਦਾ। ਬੱਚਿਆਂ ਦੀ ਗੱਲ ਕਰੀਏ, ਅੱਜ ਕੱਲ੍ਹ ਬੱਚੇ ਸਾਰੇ ਫੋਨਾਂ ਦੇ ਵਿੱਚ ਲੱਗੇ ਰਹਿੰਦੇ ਆ, ਅੱਜ ਕੱਲ੍ਹ ਨਵੀਂ ਨਵੀਂ ਟੈਕਨੋਲੋਜੀ ਗੇਮਸ ਆ ਰਹੀਆਂ, ਤੁਸੀਂ ਉਹਨੂੰ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੇਖੋ, ਜੇ ਬੱਚਾ ਬਾਹਰ ਨਹੀਂ ਨਿਕਲੇਗਾ, ਬਾਹਰ ਦੀ ਹਵਾ ਬਾਹਰ ਦੇ ਵਾਤਾਵਰਣ ਵਿੱਚ ਨਹੀਂ ਜਾਏਗਾ, ਦੌੜੇਗਾ ਭੱਜੇਗਾ ਨਹੀਂ, ਅਤੇ ਉਹਦੇ ਜੋ ਹੈਲਥ ਹੈ ਔਰ ਜੋ ਹੈਲਥ ਦਾ ਸਟੈਂਡਰਡ ਹੈ ਉਹ ਬਹੁਤ ਡਾਊਨ ਚਲਾ ਜਾਏਗਾ। ਅੱਜ ਕੱਲ੍ਹ ਦੇਖ ਰਹੇ ਹਾਂ ਆਪਾਂ ਕਿ ਜਿਹੜੀ ਉਮਰ ਹੈ ਉਹ ਘਟਦੀ ਜਾ ਰਹੀ ਹੈ। 40-50 ਸਾਲ ਦੇ ਵਿੱਚ, 50-60 ਸਾਲ ਦੇ ਵਿੱਚ ਲੋਕ ਬਿਲਕੁਲ ਨਿਕੰਮੇ ਜਿਹੇ ਹੋ ਜਾਂਦੇ ਆ, ਕਿਸੇ ਕੰਮ ਦੇ ਨਹੀਂ ਰਹਿੰਦੇ। ਜਿਸ ਤਰ੍ਹਾਂ ਗਾਇਆਂ ਮੱਝਾਂ ਸੜਕ 'ਤੇ ਘੁੰਮ ਰਹੀਆਂ, ਇਸ ਤਰ੍ਹਾਂ ਫਿਰ ਉਹ 50-60 ਸਾਲ ਦਾ ਬੰਦਾ ਗਰਾਊਂਡ ਦੇ ਵਿੱਚ ਕਿਤੇ ਬਾਹਰ ਬੈਠਾ ਬੈਂਚ 'ਤੇ ਬੈਠਾ ਹੁੰਦਾ ਜਾਂ ਕਿਤੇ ਜਾ ਰਿਹਾ ਹੁੰਦਾ, ਉਸ ਵੇਲੇ ਉਹ ਪਛਤਾਤਾਪ ਕਰ ਰਿਹਾ ਹੁੰਦਾ ਕਿ ਕਾਸ਼ ਮੈਂ ਬਚਪਨ ਦੇ ਵਿੱਚ ਖੇਡਿਆ ਹੁੰਦਾ, ਸਿਹਤ ਦਾ ਖਿਆਲ ਕੀਤਾ ਹੁੰਦਾ ਅਤੇ ਮੇਰੀ ਇਹ ਦੁਰਦਸ਼ਾ ਨਾ ਹੁੰਦੀ। ਗੋਡੇ ਕੰਮ ਕਰਨਾ ਬੰਦ ਕਰ ਦਿੰਦੇ ਹੈ, ਕੁਛ ਖੁਰਾਕ ਵਾਲੀ ਚੀਜ਼ਾਂ ਖਾ ਨਹੀਂ ਸਕਦਾ ਬੰਦਾ, ਬਸ ਲੋਕਾਂ ਨੂੰ ਦੇਖ ਸਕਦਾ ਕਿ ਯਾਰ ਖਾ ਰਹੇ ਹੈ, ਮੈਂ ਕੁਛ ਨਹੀਂ ਖਾ ਪਾ ਰਿਹਾ। ਔਰ ਜੋ ਪਲੇਅਰ ਹੈ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਦੁੱਧ ਪੀਓ, ਮੱਖਣ ਖਾਓ, ਪਨੀਰ ਖਾਓ, ਔਰ ਸਾਡੇ ਵਰਗੇ ਬੰਦਿਆਂ ਨੂੰ ਕਿਹਾ ਜਾਂਦਾ ਇਹ ਸਭ ਬੰਦ ਹੈ। ਹੁਣ ਲੱਖਾਂ ਰੁਪਇਆ ਕਮਾ ਕੇ ਵੀ ਜੇ ਬੰਦਾ ਪਨੀਰ ਵੀ ਨਾ ਖਾ ਸਕਦੇ ਮੇਰੇ ਵਰਗਾ ਬੰਦਾ, ਜਾਂ ਦੁੱਧ ਕੀ ਨਾ ਖਾ ਪੀ ਸਕੇ, ਤਾਂ ਇਹ ਜੇ ਪੈਸੇ ਕਮਾਏ ਦਾ ਕੀ ਫਾਇਦਾ ਹੋਇਆ? ਮੈਂ ਤਾਂ ਜੇ ਕਨਫਿਊਜ਼ ਸੀਗਾ, ਮੈਂ ਤਾਂ ਹਰੇਕ ਤਰ੍ਹਾਂ ਦੀ ਗੇਮ ਖੇਡ ਲੈਂਦਾ ਸੀਗਾ, ਉਹ ਬਾਂਟੇ ਵੀ ਖੇਡਣੇ ਔਰ ਕ੍ਰਿਕਟ ਵੀ, ਹਾਕੀ ਵੀ, ਔਰ ਪੋਲੋ ਔਰ ਕਬੱਡੀ ਔਰ ਫੁੱਟਬਾਲ, ਜੋ ਵੀ ਮਿਲਣਾ ਆਲਰਾਊਂਡਰ ਸੀਗੇ ਸਰ। ਮਤਲਬ ਇੱਕ ਦਿਮਾਗ ਦੇ ਵਿੱਚ ਵਿਜ਼ਨ ਨਹੀਂ ਸੀਗਾ ਕਿ ਮੈਂ ਕਰਨਾ ਕੀ ਚਾਹੁੰਦਾ। ਅਤੇ ਜੇ ਆਪਾਂ ਨੂੰ ਹੁਣ ਇਹ ਸ਼ਹਿਰਾਂ ਦੇ ਵਿੱਚ ਇਹ ਮੌਕੇ ਹੈ, ਬੱਚਾ ਇੱਕ ਵਿਜ਼ਨ ਬਣਾਏ ਕਿ ਮੈਂ ਯਾਰ ਖੇਡਣਾ ਚਾਹੁੰਦਾ, ਮੈਂ ਕਿਹੜੀ ਗੇਮ ਖੇਡਣਾ, ਇੱਥੇ ਹਰੇਕ ਚੀਜ਼ ਮਿਲ ਜਾਂਦੀ ਹੈ। ਪਿੰਡਾਂ ਦੇ ਵਿੱਚ ਜਿਹੜੇ ਛੋਟੇ ਕਸਬੇ ਹੈ ਉਹਨਾਂ ਵਿੱਚ ਇਹ ਫੈਸਿਲਿਟੀ ਨਹੀਂ ਹੈ। ਇਹ ਚੰਡੀਗੜ੍ਹ ਦੇ ਵਿੱਚ ਜਿਹੜੇ ਬੱਚੇ ਰਹਿੰਦੇ ਹੈ, ਇਹ ਕਿਸੇ ਵੀ ਜਗ੍ਹਾ ਰਹਿੰਦੇ, ਹੁਣ ਤਾਂ ਅੱਜ ਕੱਲ੍ਹ ਇਹ ਹੈ ਕਿ ਬੰਦਾ
ਜੁਆਇਨ ਕਰ ਸਕਦਾ, ਕਿਸੇ ਵੀ ਟੀਮ ਨੂੰ, ਕਿਸੇ ਵੀ ਇੰਸਟੀਚਿਊਸ਼ਨ ਨੂੰ ਉਹ ਜੁਆਇਨ ਕਰ ਸਕਦਾ। ਤਾਂ ਮੈਂ ਇਹੀ ਚਾਹਾਂਗਾ ਕਿ ਜੇ ਪੇਰੈਂਟਸ ਨੂੰ ਮੈਂ ਇਹੀ ਕਹਾਂਗਾ, ਜੇ ਬੱਚਿਆਂ ਨੂੰ ਗਲਤ ਸੋਸਾਇਟੀ ਤੋਂ ਬਚਾ ਕੇ ਰੱਖਣਾ ਹੈ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਗੇਮ ਦੇ ਵਿੱਚ ਪਾਓ। ਥੈਂਕ ਯੂ ਸੋ ਮਚ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇਂ।